असीं नहीं करवा रहे हुण उहनां सारिआं दे उत्तों इहनां दा जिहड़ा पापा दा घड़ा हैगा उहदा ढक्कण चुकदा आ अमेरिका ने और हुण इंडिया जवाब दे आ और इंडिया ने जवाब देना चाहिए और जवाब किनू देना चाहिए आ प्राइम मिनिस्टर बोले तुम वेखो मणिपुर के जगह लगियां मोदी साहब चुप इत्थे किन्ने थावां दे उत्ते वायोलेशनस होई मोदी साहब चुप निजर दे केस दे विच कनेडियन प्राइम मिनिस्टर ने दोष लाए पार्लीमेंट दे विच खलो के मोदी साहब चुप ते हुण जिद्दण यूएस दा जस्टिस डिपार्टमेंट दोष ला रहा है मोदी साहब फिर चुप ती सिर्फ इन्हां नूं अपनी मन दी बात ही करनी आउंदी है रेडियो दे उत्ते बह के जिद्दण दुनिया सवाल चुकदी है अपनी चुप्पी किद्दां तोड़नगे जे वाकया सीरीयस ने जे इन्हां नूं लगदा है कि इन्हां दे उत्ते लाए गए दोष बेबुनियाद ने ते पीएम अपनी चुप तोड़े और जवाब दे लोगों और सच जिहड़ा है वह सामने आना चाहिए और गल सिर्फ इन्नी नहीं गई हुण इत्थे असीं इह वी गल कहनी चाहुंदे आ कि गुरपतवंत सिंह पन्नू दे नाल किसे दी सहमति जां असहमति होना कुदरती गल इंडिया दे नाल असहमत हो सकदा है असीं वी उहदे बहुत सारे काम करन दे तरीकियां दे नाल उहदी स्टेटमेंट्स दे नाल सहमत नहीं गए और इह कोई लुकी छिपी गल नहीं कि मैं तां अज कह रहा कि नहीं आ इह पहलां वी पास्ट दे विच वी साडियां स्टेटमेंट्स ऑन रिकॉर्ड ने जिथे साडी कॉन्ट्राडिक्शन रही है गुरपतवंत सिंह पन्नू दे काम करन दे तरीके काम करन दे तरीकियां दे नाल जां उहदियां स्टेटमेंट्स दे नाल पर किसे नाल सहमत होना जां ना आना उह वक्खरी गल है पर असीं इह कदे वी बर्दाश्त नहीं करांगे कि कोई भी सिख जां कोई भी इंसान जिहड़ा पंजाब दे पंथ दे सिखां दे खालिस्तान दे पक्ष दे विच गल करदा है ਉਹਨੂੰ ਇੰਡੀਆ ਐਕਸਟਰਾ ਜੁਡੀਸ਼ਲੀ ਟਾਰਗੇਟ ਕਰੇ ਤੁਸੀਂ ਕਾਨੂੰਨ ਤੁਹਾਡੇ ਕੋਲ ਹੈਗਾ ਜੇ ਤੁਹਾਡੇ ਲਈ ਉਹ ਕੋਈ ਵੀ ਟੈਰਰਿਸਟ ਆ ਜਾਂ ਜੋ ਵੀ ਤੁਸੀਂ ਆਪਣੇ ਲਈ ਸ਼ਬਦ ਵਰਤਦੇ ਹੋ ਜਿਹੜੇ ਆਜ਼ਾਦੀ ਲਈ ਲੜਦੇ ਨੇ ਤੁਸੀਂ ਕਾਨੂੰਨ ਦੀ ਇੱਕ ਟ੍ਰਾਇਲ ਚਲਾਓ ਉਹਦੇ ਵਿੱਚ ਉਹਨੂੰ ਦੋਸ਼ੀ ਸਾਬਤ ਕਰੋ ਜੇ ਹਵਾਲਗੀ ਲਈ ਜਾਂਦੀ ਹੈ ਲੈ ਲਓ ਜੇ ਨਹੀਂ ਲਈ ਜਾਂਦੀ ਤੇ ਇਹਦੇ ਵਿੱਚ ਉਹਨਾਂ ਦਾ ਕੀ ਕਸੂਰ ਹੈ ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਕਿ ਕਿਸੇ ਦੇ ਨਾਲ ਸਹਿਮਤ ਹੋਣਾ ਜਾਂ ਨਾ ਆਉਣਾ ਉਹ ਬਾਅਦ ਦੀ ਗੱਲ ਆ ਪਰ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵੀ ਕਿਸੇ ਵੀ ਸਿੱਖ ਨੂੰ ਦੁਨੀਆ ਦੇ ਵਿੱਚ ਬੈਠਿਆ ਟਾਰਗੇਟ ਕਰੇ ਉਹਨਾਂ ਦਾ ਕਤਲ ਕਰੇ ਜਾਂ ਕਤਲ ਕਰਨ ਦੀ ਕੋਸ਼ਿਸ਼ ਕਰੇ ਔਰ ਮੈਂ ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਦੇ ਤੱਕ ਚੁੱਪ ਰਵਾਂਗੇ ਵੇਖੋ ਇਹ ਇੱਕ ਨਿਊ ਨਾਰਮਲ ਹੈ ਜਦੋਂ ਕਰੋਨਾ ਆਇਆ ਹੈ ਨਾ ਤੇ ਜਿੰਨੇ ਬੰਦੇ ਨੇ ਨਵਾਂ ਨਵਾਂ ਮਾਸਕ ਲੱਗਾ ਨਾ ਸਾਨੂੰ ਅਜੀਬ ਜਿਹਾ ਲੱਗਦਾ ਹੈ ਇਹ ਮਾਸਕ ਲਾ ਲਿਆ ਬਾਅਦ 'ਚ ਇੱਕ ਸਮਾਂ ਆਇਆ ਉਹ ਨਿਊ ਨਾਰਮਲ ਹੋ ਗਿਆ ਮਾਸਕ ਲੱਗਣਾ ਸਾਨੂੰ ਨਾਰਮਲ ਲੱਗਣ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਧ ਵੀ 2015 ਦੇ ਵਿੱਚ ਪੰਥ ਸੜਕਾਂ ਦੇ ਉੱਤੇ ਉਤਰਿਆ ਪੰਜਾਬ ਦੇ ਵਿੱਚ ਇੱਕਦਮ ਲੋਕਡਾਊਨ ਹੋਏ ਉਸ ਤੋਂ ਬਾਅਦ ਫਿਰ ਬੇਦਬੀਆਂ ਦੀ ਲੜੀ ਚੱਲੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਬੇਦਬੀ ਹੁੰਦੀ ਆ ਤੇ ਸਾਨੂੰ ਲੱਗਦਾ ਕਿ ਸ਼ਾਇਦ ਨਾਰਮਲ ਗੱਲ ਲੋਕ ਨਹੀਂ ਨਿਕਲਦੇ ਪਰ ਅਸੀਂ ਇਸ ਗੱਲ ਦੇ ਉੱਤੇ ਫਿਰ ਕਹਿ ਰਹੇ ਆ ਕਿ ਜਿਹੜੀ ਆਪਣੀ ਜ਼ਿੰਮੇਵਾਰ ਧਿਰਾਂ ਨੇ ਉਹ ਨਿਕਲਦੀਆਂ ਆਈਆਂ ਨੇ ਸੜਕਾਂ ਤੇ ਅੱਜ ਵੀ ਨਿਕਲਦੀਆਂ ਨੇ ਪਰ ਇੱਕ ਆਮ ਸਿੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਵੀ ਸੜਕਾਂ ਤੇ ਨਿਕਲੇ ਇਸ ਤੋਂ ਪਹਿਲਾਂ ਕਿ ਇਸ ਤਰ੍ਹਾਂ ਦੇ ਕਤਲ ਵੀ ਨਿਊ ਨਾਰਮਲ ਹੋ ਜਾਣ ਤੇ ਤੁਹਾਡੇ ਗੁਆਂਢ ਦੇ ਵਿੱਚ ਕਿਸੇ ਸਿੱਖ ਨੂੰ ਮਾਰ ਦਿੱਤਾ ਜਾਵੇ ਇਹ ਕਹਿ ਕੇ ਕਿ ਖਾਲਿਸਤਾਨੀ ਆ ਤੁਹਾਡੇ ਗੁਆਂਢ ਦੇ ਵਿੱਚ ਜਾਂ ਤੁਹਾਡੇ ਘਰੋਂ ਕਿਸੇ ਮੁੰਡੇ ਨੂੰ ਚੁੱਕ ਕੇ ਫਿਰ ਪਿਛਲੇ ਸਮਿਆਂ ਦੇ ਵਾਂਗੂ ਗਾਇਬ ਕਰ ਦਿੱਤਾ ਜਾਵੇ ਇਹ ਕਹਿ ਕੇ ਕਿ ਖਾਲਿਸਤਾਨੀ ਆ ਇਹ ਨਿਊ ਨਾਰਮਲ ਬਣਨ ਤੋਂ ਪਹਿਲਾਂ ਇਹਨਾਂ ਨੂੰ ਠੱਲ ਪਾਉਣੀ ਪਏਗੀ ਔਰ ਸਾਨੂੰ ਸੜਕਾਂ 'ਤੇ ਨਿਕਲਣਾ ਪਏਗਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਬਰਦਾਸ਼ਤ ਨਹੀਂ ਹੋਏਗਾ ਕਦੀ ਵੀ ਕਿ ਕਿਤੇ ਵੀ ਤੁਸੀਂ ਕਿਸੇ ਸਿੱਖ ਨੂੰ ਟਾਰਗੇਟ ਕਰੋ ਔਰ ਇਹ ਨਾ ਬਰਦਾਸ਼ਤ ਕਰਦੇ ਹੋਏ ਜਿਵੇਂ ਅਸੀਂ ਪਿਛਲੇ ਜੁਲਾਈ ਦੇ ਵਿੱਚ ਲੰਘੀ ਜੁਲਾਈ ਦੇ ਵਿੱਚ ਰੋਹ ਦੇ ਖਿਲਾਫ ਪ੍ਰੋਟੈਸਟ ਕੀਤਾ ਸੀ ਇਸ ਵਾਰ ਵੀ ਅਸੀਂ ਪ੍ਰੋਟੈਸਟ ਕਰਾਂਗੇ ਔਰ ਇਹ ਪ੍ਰੋਟੈਸਟ 9 ਦਸੰਬਰ ਨੂੰ ਬਠਿੰਡੇ ਦੀ ਧਰਤੀ ਤੇ ਹੋਏਗਾ ਔਰ ਇਹ ਕੋਈ ਕਿਸੇ ਖਾਸ ਏਜੰਸੀ ਦੇ ਖਿਲਾਫ ਨਹੀਂ ਹੋਏਗਾ ਕਿਉਂਕਿ ਹੁਣ ਉਹ ਕਹਿ ਰਹੇ ਨੇ ਕਿ ਇੰਡੀਅਨ ਗਵਰਨਮੈਂਟ ਇਨਵੋਲਵਡ ਹੈ ਠੀਕ ਹੈ ਸੋ ਹੁਣ ਇਹ ਪ੍ਰੋਟੈਸਟ ਇੰਡੀਆ ਦੇ ਖਿਲਾਫ ਹੋਏਗਾ ਦਿੱਲੀ ਦੇ ਖਿਲਾਫ ਹੋਏਗਾ ਉਹਦੇ ਇਹਨਾਂ ਟੈਕਟਿਕਸ ਦੇ ਪਾਲਿਸੀਆਂ ਦੇ ਖਿਲਾਫ ਹੋਏਗਾ ਔਰ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਤੁਸੀਂ